ਨਮਸਕਾਰ ਤੁਸੀਂ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੇ ਇਸ ਵੇਲੇ ਦੀ ਜਲੰਧਰ ਵਾਸੀਆਂ ਤੇ ਗੁਰਦਾਸਪੁਰ ਵਾਸੀਆਂ ਵਾਸਤੇ ਵੱਡੀ ਖਬਰ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪਿਛਲੇ ਦਿਨੀ ਡੀਸੀ ਜਲੰਧਰ ਦਾ ਤਬਾਦਲਾ ਕਰ ਦਿੱਤਾ ਸੀ ਲੇਕਿਨ ਡੀਸੀ ਜਲੰਧਰ ਹੁਣ ਹਿਮਾਂਸ਼ੂ ਅਗਰਵਾਲ ਡੀਸੀ ਜਲੰਧਰ ਲਗਾ ਦਿੱਤੇ ਗਏ ਨੇ ਤੇ ਜਿਹੜੇ ਡੀਸੀ ਜਲੰਧਰ ਹੁੰਦੇ ਸੀਗੇ ਵਿਸ਼ੇਸ਼ ਸਰੰਗਲ ਉਹਨਾਂ ਨੂੰ ਗੁਰਦਾਸਪੁਰ ਦਾ ਡੀਸੀ ਲਗਾਇਆ ਗਿਆ ਹੈ ਇਹ ਇੱਕ ਵੱਡੀ ਖਬਰ ਹੈ ਗੁਰਦਾਸਪੁਰ ਵਾਲਿਆਂ ਵਾਸਤੇ ਵੀ ਤੇ ਜਲੰਧਰ ਵਾਸਤੇ ਵੀ ਇਹ ਦੋਨੋਂ ਜ਼ਿਲ੍ਹਿਆਂ ਦੇ ਡੀਸੀ ਨਵੇਂ ਮਿਲ ਗਏ ਐ ਇਹਨਾਂ ਦੋਨਾਂ ਨੂੰ ਲੇਕਿਨ ਜਿਹੜੇ ਵਿਸ਼ੇਸ਼ ਅਰੰਗਲ ਹੁੰਦੇ ਸੀ ਪਹਿਲਾਂ ਜਲੰਧਰ ਹੁੰਦੇ ਸੀਗੇ ਇਹਨਾਂ ਨੂੰ ਗੁਰਦਾਸਪੁਰ ਲਾਇਆ ਗਿਆ ਤੇ ਹਿਮਾਂਸ਼ੂ ਅਗਰਵਾਲ ਇਹ ਜਲੰਧਰ ਦੇ ਨਵੇਂ ਡੀਸੀ ਹੋਣਗੇ ਇਹ ਹੁਣੇ-ਹੁਣੇ ਦੀ ਆਈ ਹੋਈ ਏ ਖਬਰ ਹੈ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਅਸੀਂ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲਗਾਤਾਰ ਪਿਛਲੇ ਦਿਨੀ ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਇਹ ਸ਼ੁਰੂਆਤ ਹੋਈ ਸੀ ਗ੍ਰੈਸ ਕਤਰਾ ਤੋਂ ਸ਼ੁਰੂਆਤ ਹੋਈ ਸੀਗੀ ਜਿਹੜੀ 6 ਗ੍ਰੈਸ ਕਤਰਾ ਵਕ-ਵਕ ਇਹਨਾਂ ਨੇ ਜਿਹੜੇ ਉਹ ਸੂਬੇ ਸਿਗੇ ਉਹਨਾਂ ਚ ਬਦਲੇ ਸਿਗੇ ਉਸ ਤੋਂ ਬਾਅਦ ਫਿਰ ਡੀਸੀਸ ਬਦਲੇ ਗਏ ਡੀਸੀ ਦੇ ਵਿੱਚ ਉਦੋਂ ਜਿਹੜੇ ਵਿਸ਼ੇਸ਼ ਸਰੰਗਲ ਜਲੰਧਰ ਦੇ ਡੀਸੀ ਵੀ ਬਦਲੇ ਗਏ ਸਿਗੇ ਲੇਕਿਨ ਹੁਣ ਜਲੰਧਰ ਨੂੰ ਨਵੇਂ ਡੀਸੀ ਹਿਮਾਂਸ਼ੂ ਅਗਰਵਾਲ ਮਿਲ ਗਏ ਨੇ ਤੇ ਜਿਹੜੇ ਗੁਰਦਾਸਪੁਰ ਦੇ ਡੀਸੀ ਬਦਲੇ ਗਏ ਸਿਗੇ ਉੱਥੇ ਹੁਣ ਵਿਸ਼ੇਸ਼ ਸਰੰਗਲ ਨੂੰ ਲਗਾਇਆ ਗਿਆ ਇਹ ਤਾਜ਼ੀ ਖਬਰ ਬਿਲਕੁਲ ਹੁਣੇ-ਹੁਣੇ ਦੀ ਆਈ ਹੋਈ ਖਬਰ ਜਿਹੜੀ ਤੁਹਾਨੂੰ ਅਸੀਂ ਦੱਸ ਰਹੇ ਹਾਂ ਵਿਸ਼ੇਸ਼ ਸਰੰਗਲ ਬڑے ਸੁਲਝੇ ਹੋਏ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਗੁਰਦਾਸਪੁਰ ਲਾਇਆ ਗਿਆ ਤੇ ਇੱਕ ਬਿਲਕੁਲ ਯੰਗ ਫੇਸ ਜਿਹੜੇ ਹਿਮਾਂਸ਼ੂ ਅਗਰਵਾਲ ਨੇ ਇਹਨਾਂ ਨੂੰ ਜਲੰਧਰ ਦਾ ਡੀਸੀ ਨਿਯੁਕਤ ਕੀਤਾ ਗਿਆ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹ ਫੈਸਲਾ ਜਿਹੜਾ ਪਿਛਲੇ ਦਿਨੀ ਕੀਤਾ ਸੀਗਾ ਤਬਾਦਲੇ ਆਂਦਾ ਉਸ ਤੋਂ ਬਾਅਦ ਇਹ ਜਿਹੜਾ ਨਵਾਂ ਆਦੇਸ਼ ਜਿਹੜਾ ਨਵੇਂ ਹੁਕਮ ਜੁੜੇ ਆਏ ਨੇ ਉਹ ਇਹ ਦੋ ਅਫਸਰਾਂ ਦੇ ਆਏ ਨੇ ਦੋਨੋਂ ਆਈਐਸ ਅਫਸਰ ਜਿਹੜੇ ਹੈਗੇ ਆ ਉਏ ਵਕ ਵਕ ਜੁ ਲਿਆ ਚ ਇੱਕ ਜਲੰਧਰ ਦੇ ਵਿੱਚ ਤੇ ਇੱਕ ਗੁਰਦਾਸਪੁਰ ਦੇ ਵਿੱਚ ਲਗਾਏਗਾ ਇਹਨੇ ਨਮਸਕਾਰ ਤੁਸੀਂ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੇ ਇਸ ਵੇਲੇ ਦੀ ਜਲੰਧਰ ਵਾਸੀਆਂ ਤੇ ਗੁਰਦਾਸਪੁਰ ਵਾਸੀਆਂ ਵਾਸਤੇ ਵੱਡੀ ਖਬਰ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪਿਛਲੇ ਦਿਨੀ ਡੀਸੀ ਜਲੰਧਰ ਦਾ ਤਬਾਦਲਾ ਕਰ ਦਿੱਤਾ ਸੀ ਲੇਕਿਨ ਡੀਸੀ ਜਲੰਧਰ ਹੁਣ ਹਿਮਾਂਸ਼ੂ ਅਗਰਵਾਲ ਡੀਸੀ ਜਲੰਧਰ ਲਗਾ ਦਿੱਤੇ ਗਏ ਨੇ ਤੇ ਜਿਹੜੇ ਡੀਸੀ ਜਲੰਧਰ ਹੁੰਦੇ ਸੀਗੇ ਵਿਸ਼ੇਸ਼ ਸਰੰਗਲ ਉਹਨਾਂ ਨੂੰ ਗੁਰਦਾਸਪੁਰ ਦਾ ਡੀਸੀ ਲਗਾਇਆ ਗਿਆ ਹੈ ਇਹ ਇੱਕ ਵੱਡੀ ਖਬਰ ਹੈ ਗੁਰਦਾਸਪੁਰ ਵਾਲਿਆਂ ਵਾਸਤੇ ਵੀ ਤੇ ਜਲੰਧਰ ਵਾਸਤੇ ਵੀ ਇਹ ਦੋਨੋਂ ਜ਼ਿਲ੍ਹਿਆਂ ਦੇ ਡੀਸੀ ਨਵੇਂ ਮਿਲ ਗਏ ਐ ਇਹਨਾਂ ਦੋਨਾਂ ਨੂੰ ਲੇਕਿਨ ਜਿਹੜੇ ਵਿਸ਼ੇਸ਼ ਅਰੰਗਲ ਹੁੰਦੇ ਸੀ ਪਹਿਲਾਂ ਜਲੰਧਰ ਹੁੰਦੇ ਸੀਗੇ ਇਹਨਾਂ ਨੂੰ ਗੁਰਦਾਸਪੁਰ ਲਾਇਆ ਗਿਆ ਤੇ ਹਿਮਾਂਸ਼ੂ ਅਗਰਵਾਲ ਇਹ ਜਲੰਧਰ ਦੇ ਨਵੇਂ ਡੀਸੀ ਹੋਣਗੇ ਇਹ ਹੁਣੇ-ਹੁਣੇ ਦੀ ਆਈ ਹੋਈ ਏ ਖਬਰ ਹੈ ਜਿਹੜੀ ਤੁਹਾਨੂੰ ਦੱਸ ਰਹੇ ਹਾਂ ਅਸੀਂ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲਗਾਤਾਰ ਪਿਛਲੇ ਦਿਨੀ ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਇਹ ਸ਼ੁਰੂਆਤ ਹੋਈ ਸੀ ਗ੍ਰੈਸ ਕਤਰਾ ਤੋਂ ਸ਼ੁਰੂਆਤ ਹੋਈ ਸੀਗੀ ਜਿਹੜੀ 6 ਗ੍ਰੈਸ ਕਤਰਾ ਵਕ-ਵਕ ਇਹਨਾਂ ਨੇ ਜਿਹੜੇ ਉਹ ਸੂਬੇ ਸਿਗੇ ਉਹਨਾਂ ਚ ਬਦਲੇ ਸਿਗੇ ਉਸ ਤੋਂ ਬਾਅਦ ਫਿਰ ਡੀਸੀਸ ਬਦਲੇ ਗਏ ਡੀਸੀ ਦੇ ਵਿੱਚ ਉਦੋਂ ਜਿਹੜੇ ਵਿਸ਼ੇਸ਼ ਸਰੰਗਲ ਜਲੰਧਰ ਦੇ ਡੀਸੀ ਵੀ ਬਦਲੇ ਗਏ ਸਿਗੇ ਲੇਕਿਨ ਹੁਣ ਜਲੰਧਰ ਨੂੰ ਨਵੇਂ ਡੀਸੀ ਹਿਮਾਂਸ਼ੂ ਅਗਰਵਾਲ ਮਿਲ ਗਏ ਨੇ ਤੇ ਜਿਹੜੇ ਗੁਰਦਾਸਪੁਰ ਦੇ ਡੀਸੀ ਬਦਲੇ ਗਏ ਸਿਗੇ ਉੱਥੇ ਹੁਣ ਵਿਸ਼ੇਸ਼ ਸਰੰਗਲ ਨੂੰ ਲਗਾਇਆ ਗਿਆ ਇਹ ਤਾਜ਼ੀ ਖਬਰ ਬਿਲਕੁਲ ਹੁਣੇ-ਹੁਣੇ ਦੀ ਆਈ ਹੋਈ ਖਬਰ ਜਿਹੜੀ ਤੁਹਾਨੂੰ ਅਸੀਂ ਦੱਸ ਰਹੇ ਆ ਵਿਸ਼ੇਸ਼ ਸਰੰਗਲ ਬڑے ਸੁਲਝੇ ਹੋਏ ਆਈਐਸ ਅਧਿਕਾਰੀ ਨੇ ਉਹਨਾਂ ਨੂੰ ਗੁਰਦਾਸਪੁਰ ਲਾਇਆ ਗਿਆ ਤੇ ਇੱਕ ਬਿਲਕੁਲ ਯੰਗ ਫੇਸ ਜਿਹੜੇ ਹਿਮਾਂਸ਼ੂ ਅਗਰਵਾਲ ਨੇ ਇਹਨਾਂ ਨੂੰ ਜਲੰਧਰ ਦਾ ਡੀਸੀ ਨਿਯੁਕਤ ਕੀਤਾ ਗਿਆ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹ ਫੈਸਲਾ ਜਿਹੜਾ ਪਿਛਲੇ ਦਿਨੀ ਕੀਤਾ ਸੀਗਾ ਤਬਾਦਲੇਆਂ ਦਾ ਉਸ ਤੋਂ ਬਾਅਦ ਇਹ ਜਿਹੜਾ ਨਵਾਂ ਆਦੇਸ਼ ਜਿਹੜਾ ਨਵੇਂ ਹੁਕਮ ਜੜੇ ਆਏ ਨੇ ਉਹ ਇਹ ਦੋ ਅਫਸਰਾਂ ਦੇ ਆਏ ਨੇ ਦੋਨੋਂ ਆਈਐਸ ਅਫਸਰ ਜਿਹੜੇ ਹੈਗੇ ਆ ਵਕ ਵਕ ਜੁਲਿਆਂ ਚ ਇੱਕ ਜਲੰਧਰ ਦੇ ਵਿੱਚ ਤੇ ਇੱਕ ਗੁਰਦਾਸਪੁਰ ਦੇ ਵਿੱਚ ਲਗਾਏ ਗਏ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر